ਗੋਪਾਲ ਮਾਤਾ ਉਹਦਾ ਰਾਖਾ ਲਗਨ ਦੇਖਣਾ ਸੇਕ ਸੋ ਸੁਆਮੀ ਇਹਨਾਂ ਰਾਖਾ ਗੁੱਡ ਗੁੱਡ ਵਿਵੇਕ ਸੋ ਖਾਲਸਾ ਜਿਹੜਾ ਮਾਤਾ ਦੇ ਉਹਦੇ ਵਿੱਚ ਜਿਹੜਾ ਬੱਚੇ ਜਨਮ ਲੈਣ ਦੇ ਜਨਮ ਦਿਆਉਣ ਰੋਡ ਖਾਧੇ ਹੋਏ ਪੱਥਰ ਖਾਧੇ ਹੋਏ ਉਹ ਭਾਸ਼ਣ ਹੋ ਜਾਂਦੇ ਸਵਾਹ ਬਣ ਜਾਂਦੇ ਹਨ ਪਰ ਬੱਚਾ ਕੋਮਨ ਫੁੱਲ ਵਰਗਾ ਤੇ ਰੂਹ ਵਰਗਾ ਨਰਮ ਹੁੰਦਾ ਉਹਨੂੰ ਸੇਕ ਨੀ ਲਗਨ ਦਿੰਦਾ ਉਹ ਉੱਚੇ ਪਾਲਣਾ ਕਰਦੇ ਤੂੰ ਕਾਲੇ ਡੋਲਾ ਪ੍ਰਾਣੀਆਂ ਤੂੰ ਆਖੇ ਦਾ ਕਰਨ ਹੋਇਆ ਜਨ ਪਦਾਰਥ ਨੂੰ ਕਿਹਾ ਸੋਈ ਦੇ ਆਧਾਰ ਘਰ ਘਰ ਮਾਲਕ ਗੁਲਾਂ ਦਾ ਸੱਚਾ ਕਰਮ ਗੈਰ ਉੱਨੀ ਜਾਲ ਮਾਰੇ ਪੰਖ ਤੱਕ ਬਾਹਰ ਪੰਖ ਕੀਰਤਨ ਮਾਰੇ ਪੂਰਨ ਪਰਮਾਨੰਦ ਮਨੋਹਰ ਸੰਘ ਦੇਖ ਨਾਲ ਮਾਰੇ ਸੰਘ ਦੇਖ ਨਾਲ ਮਾਰੇ ਪਾਤਮ ਕੀਰਤ ਗੁਪਤ ਰਹਿਤਾ ਤਾਂ ਕਿ ਮਾਰਗ ਨਾਹੀ ਤਾਂ ਧੰਨਾ ਪੂਰਨ ਤਾਂ ਕਿ ਮਾਤਰੇ ਜੀਵ ਨਾਹੀ ਸ਼ਾਇਦ ਕਛੋ ਕਮੀਰੇ ਵੀ ਹੈ ਪਾਣੀ ਕਹਿੰਦੇ ਪਾਨਾ ਵਿੱਚ ਆਂਡੇ ਦਾ ਪਾਨਾ ਪੁੱਤਰ ਦਾ ਵੀ ਹੁੰਦਾ ਪਾਨਾ ਸਰੀਰ ਦਾ ਵੀ ਹੁੰਦਾ ਹੈ ਤੇ ਇਹਦਾ ਆਂਡਾ ਹੈ ਉਹ ਬਾਹਰ ਹੁੰਦਾ ਮਰੇ ਕੁਮਾਰੇ ਤੋਂ ਤੇ ਧਿਆਨ ਦੇ ਨਾਲ ਕਛੂ ਕਮੂਹ ਨੂੰ ਪਕਾ ਕੇ ਉਹਦੇ ਵਿੱਚੋਂ ਬੱਚਾ ਕੱਢ ਲੈਂਦਾ ਹੈ ਫਿਰ ਉਹ ਬੱਚਾ ਨਿਕਲ ਕੇ ਪਾਣੀ ਦੇ ਵਿੱਚ ਉਹਦੇ ਪਾਸ ਹੀ ਆ ਜਾਂਦਾ ਹੈ ਪਰ ਉਹ ਕੰਖ ਫੇਰ ਕੇ ਨਾ ਉੱਨੀ ਜਾਲ ਮਾ ਕੰਖ ਬਾਹਰ ਪੰਖ ਫੇਰ ਕੇ ਨਾ ਪੰਖ ਨਾ ਪੰਛੀ ਦਾ ਫੇਰ ਨਾ ਦੁੱਧ ਲਾ ਕਦੇ ਪੰਛੀਆਂ ਦੇ ਫੁੱਲ ਅੰਕ ਨੂੰ ਵੇਖੇ ਕਿਸੇ ਨੇ ਦੁੱਧ ਚੰਗਾ ਵੇਖਿਆ ਕਿਸੇ ਪੰਛੀ ਦੇ ਪਰ ਦੁੱਧ ਬਿਨਾਂ ਬੱਚਾ ਪੜਦਾ ਨਹੀਂ ਤੇ ਉਹਨਾਂ ਦਾ ਪਰਮੇਸ਼ਰ ਨੇ ਪ੍ਰਬੰਧ ਹੀ ਹੋਇਆ ਕਰ ਦਿੱਤਾ ਕਿ ਉਹਦਾ ਹੀ ਉਹਨਾਂ ਹੋਇਆ ਬਣਾ ਦਿੱਤਾ ਪਾਲਣਾ ਉਹਨਾਂ ਦੇ ਵੀ ਕਰਦਾ ਹੈ ਤੇ ਪਾਖਣ ਕੀਤ ਗੁਪਤ ਹੋਏ ਦੋਸਤਾਂ ਪਾਖਣ ਮਾਨਾ ਪੱਥਰ ਦਾ ਕੀਤ ਮਾਨਾ ਚੇੜੇ ਦਾ ਗੁਪਤ ਮਾਨਾ ਛੁੱਟੇ ਲੁੱਟੇ ਹੋਏ ਨੇ ਸੋ ਅੜਿੰਦਾ ਪੱਥਰ ਵਿੱਚ ਉੱਥੇ ਹੱਥ ਨੂੰ ਚੱਲੇ ਨਾ ਤੂੰ ਕਿਸ ਕਰੇ ਜੇ ਜੋ ਬਾਰੇ ਸਾਰਾ ਤੁਮਾਂ ਤੂੰ ਰੋਜੀ ਦੇ ਪੱਥਰਾਂ ਵਿੱਚ ਪੈਦਾ ਕਰਕੇ ਸੈਲ ਪੱਥਰ ਮੈਂ ਜਨਮ ਤੋਂ ਪਾਏ ਤਾਂ ਤਰੀਕ ਆ ਜਾ ਕਰ ਧੋਇਆ ਸੋ ਖਾਲਸਾ ਜੀ ਸੱਕਰ ਖੋਰ ਇੱਕ ਚੂੜਾ ਹੈ ਉਹ 12 ਮਹੀਨੇ ਸੱਕਰ ਖਾਂਦਾ ਰਹਿੰਦਾ ਪੱਥਰ ਵਿੱਚ ਪਰ ਨਾ ਉੱਥੇ ਕੋਈ ਦੁਕਾਨ ਚੱਲਦੀ ਹੈ ਨਾ ਫੈਕਟਰੀ ਖੁੱਲੀ ਹੈ ਨਾ ਕੋਈ ਖੇਤੀਬਾੜੀ ਦਾ ਕੰਮ ਹੁੰਦਾ ਹੈ ਇਹ 12 ਮਹੀਨੇ ਨੂੰ ਸੱਕਰ ਪਰਮੇਸ਼ਰ ਦਿੰਦਾ ਹੈ ਤੇ ਜੇ ਪਾਈ ਉਹ ਕੀੜੇ ਨੂੰ ਪੱਥਰ ਦੇ ਵਿੱਚ ਬੈਠੇ ਹੋਏ ਨੂੰ ਸੱਕਰ ਮਿਲ ਸਕਦੇ ਤੇ ਮਨੁੱਖ ਤੁਮ ਕਾਹਦੇ ਵਾਸਤੇ ਬੋਲਦੇ ਆਗੇ ਆਪ ਪਸ਼ੂ ਹੁੰਦੇ ਆ ਉਹਨਾਂ ਦੀ ਕੋਈ ਖੇਤੀ ਦੇ ਹਿੱਸਾ ਨੀ ਭਾਵ ਕਮਾਈ ਨੀ ਕੋਈ ਕਰਦੇ ਸੋ ਕੋਈ ਫੈਕਟਰੀ ਨੀ ਖੋਲੇ ਪੰਛੀ ਉਹਦੇ ਕਰਦੇ ਤੇ ਦੁਕਾਨ ਦੀ ਕਪੜੇ ਖੋਲੀ ਤੇ ਉਹਨਾਂ ਨੂੰ ਵੀ ਨਹੀਂ ਮਿਲ ਜਾਂਦਾ ਤੇ ਜੇ ਤੂੰ ਮਨੁੱਖ ਭਰੋਸਾ ਰੱਖੇ ਯਕੀਨਾਂ ਤੇ ਗੁਰੂ ਤੂੰ ਮੰਗ ਕੇ ਤੇਰੇ ਤੇ ਜੇ ਕਾਲ ਕੋਲ ਪਰਮੇਸ਼ੁਰ ਦੀ ਕਿਰਪਾ ਹੋ ਜਾਵੇ ਤਾਂ ਬੇਨਤੀ ਕਰੀਏ ਵਾਹਿਗੁਰੂ ਨੂੰ ਨਾ ਤਾਂ ਉਹਦੇ ਕਿਸਾਨੂੰ ਸੋਨੇ ਵਰਗਾ ਤੇ ਰੂਹ ਵਰਗਾ ਨਰਮਾ ਨੂੰ ਰੱਖਣ ਵਾਲਾ ਹੈ ਕਿਰਪਾ ਕਰਕੇ ਸੰਸਾਰ ਉੱਤੇ ਸਮੁੰਦਰ ਜੋ ਅੱਗ ਦਾ ਭਰਿਆ ਹੋਇਆ ਹੈ ਇਸ ਪ੍ਰਕਾਰ ਨਾਲ ਉਹ ਕਰਕੇ ਸਾਨੂੰ ਪਾ ਦੇ ਜਿਸ ਤਰ੍ਹਾਂ ਜਹਾਜ਼ ਸਮੁੰਦਰ ਦੇ ਵਿੱਚ ਨੀ ਜਾਂਦੇ ਹੈ ਪਰ ਕਲਕੱਤੇ ਬੰਬੇ ਵੱਲ ਵੇਖਿਆ ਬੰਦਰ ਨਾਲ ਤੇ ਜਹਾਜ਼ ਵਿੱਚ ਜਾਂਦੇ ਹੋਏ ਨੂੰ ਕਿੰਨੀਆਂ ਚੀਜ਼ਾਂ ਦਾ ਖਤਰਾ ਪੈਂਦਾ ਇੱਕ ਤਾਂ ਕਿਤਾਬਾਂ ਤੋਂ ਬਚਾਉਣਾ ਪੈਂਦਾ ਹੈ ਜਲ ਜੰਤੂਆਂ ਤੋਂ ਬਚਾਉਣਾ ਪੈਂਦਾ ਹੈ ਲਹਿਰਾਂ ਤੋਂ ਬਚਾਉਣਾ ਪੈਂਦਾ ਹੈ ਸੋ ਉਹ ਜਿਹੜੇ ਧੂਮਤਾਸ਼ਾ ਸੂਈ ਹੈ ਉਹ ਧੂਮਤਾਰੇ ਵੱਲ ਸਿੱਧੀ ਹੁੰਦੇ ਨੇ ਤੇ ਜਿਹੜਾ ਸੋ ਕਪਤਾਨ ਹੈ ਉਹ ਪਰੇਡ ਕੇ ਆਪਣੇ ਖਿਆਲ ਮੁਤਾਬਕ ਉਹ ਸੂਈ ਦੀ ਸੇਧ ਰੱਖ ਕੇ ਕਿਨਾਰੇ ਵੱਲ ਨੂੰ ਲੈ ਕੇ ਜਾਂਦਾ ਹੈ ਇੱਕ ਬਾਲਾ ਨਾਲ ਅਗਨੀ ਹੈ ਸਮੁੰਦਰ ਵਿੱਚ ਉਹ ਤੋਂ ਵੀ ਬਚਾਉਣਾ ਪੈਂਦਾ ਹੈ ਉਹ ਬਾਲਾ ਨਾਲ ਅਗਨੀ ਦੇ ਥੱਲੇ ਅਕਿਰਤ ਕਿਨਾਰੇ ਸਹਿ ਸਾਰੇ ਜਾਂਦੇ ਹੈ ਉਹਦੇ 100 ਗਜ ਤੱਕ 4 ਫੇਰੇ ਦੂਰ ਤੱਕ 100 ਗਜ ਦੀ ਦੂਰੀ ਤੱਕ ਜੇ ਸਮੁੰਦਰ ਦੇ ਵਿੱਚ ਚੱਲਦਾ ਹੈ ਜਹਾਜ਼ ਕਿਤੇ ਉਸ ਰਪੇਟ ਵਿੱਚ ਆ ਜਾਵੇ ਭਾਵੇਂ ਕਿਤਨਾ ਵੱਡਾ ਜਹਾਜ਼ ਹੋਵੇ ਉਹਨੂੰ ਭਾਲ ਕੇ ਪਾਣੀ ਬਣਾਉਂਦੇ ਇੰਨਾ ਭਾਰੀ ਸੇਕ ਹੁੰਦਾ ਹੈਗਾ ਜੋ ਪਾਣੀ ਜਿਵੇਂ ਤਵੇ ਦੇ ਉੱਪਰ ਪਾਈ ਦਾ ਤੱਤੇ ਤੇ ਗਰਮ ਤੇ ਉਹ ਸੜ ਜਾਂਦੀ ਹੈ ਪਾਣੀ ਦੀ ਬੂੰਦ ਪਾਈ ਹੋਈ ਉਸ ਤਰ੍ਹਾਂ ਸਮੁੰਦਰ ਦਾ ਪਾਣੀ ਉਸ ਅੱਗੇ ਉੱਪਰ ਪੈ ਕੇ ਸੜ ਰਿਹਾ ਹੈ ਉਹ ਖਾਲਸਾ ਜੀ ਉਹ ਤੋਂ ਵੀ ਬਚਾਉਣਾ ਪੈਂਦਾ ਹੈ ਜਿਹੜਾ ਸਿਆਣਾ ਕਪਤਾਨ ਹੈ ਉਹ ਉਸ ਜਹਾਜ਼ ਨੂੰ ਇਹਨਾਂ ਸਾਰੀਆਂ ਚੀਜ਼ਾਂ ਤੋਂ ਬਚਾ ਕੇ ਆਪਣੇ ਕਿਨਾਰੇ ਤੇ ਲੈ ਜਾਂਦਾ ਹੈ ਇਸੇ ਤਰ੍ਹਾਂ ਇਹ ਜ਼ਿੰਦਗੀ ਰੂਪੀ ਜਿਹੜਾ ਜਹਾਜ਼ ਹੈ ਸੋ ਇਸ ਨੂੰ ਇਹ ਕਿਨਾਰੇ ਤੇ ਲਾਉਣ ਵਾਸਤੇ ਯਤਨ ਕਰਨਾ ਚਾਹੀਦਾ ਹੈ ਸਿੱਖ ਵਾਸਤੇ ਪਾਰਕ ਸਾਗਰ ਅਥਾ ਨਗਰ ਹੋਏ ਪਾਰੋ ਤਾਰ ਨਿਹਾਰੇ ਸੋ ਜੋ ਸੰਸਾਰ ਹੈ ਸਮੁੰਦਰ ਪਦਾਰਥਾਂ ਦੇ ਮੋਹ ਰੂਪੀ ਪਾਣੀ ਦਾ ਧਰਿਆ ਗਿਆ ਹੈ ਕ੍ਰਿਸ਼ਨਾ ਰੂਪੀ ਬਾਣਵਾ ਨਾਲੇ ਅਗਨੀ ਮੱਚ ਰਹੀ ਹੈ ਸੋ ਇਸ ਦੇ ਵਿੱਚ ਕਾਮ ਕ੍ਰੋਧ ਲੋਭ ਮੋਹ ਹੰਕਾਰ ਆਦਿਕ ਜਲ ਜੰਤੂ ਹਨ
ਪੰਜ ਕੋਸਾਂ ਰੂਪੀ ਪਹਾੜਾਂ ਨੇ, ਆਸ਼ਨਾ ਰੂਪੀ ਲਹਿਰਾਂ ਨੇ, ਇਹ ਤੋਂ ਬਚਾਉਣ ਵਾਸਤੇ ਜੀਵ ਆਤਮਾ ਰੂਪ ਭੁਗਤਾਨ ਹੈ, ਦੇਹ ਰੂਪ ਲਿਹਾਜ ਹੈ, ਜੋ ਮੇਰੇ ਰੂਪ ਇਹਨੂੰ ਮੂਰਤੀ ਰੂਪ ਕਿਨਾਰੇ ਤੇ ਲਾਉਣ ਵਾਸਤੇ। ਸੋ ਖਾਲਸਾ ਜੀ, ਪਰਮੇਸ਼ਵਰ ਦਾ ਪ੍ਰੇਮ ਰੂਪੀ ਚੱਕੂ ਲਾ ਕੇ ਜਾਂ ਇਹ ਗਲਤੀ ਹੈ ਕੰਪਾਸ ਸੋਏ ਪ੍ਰਭੂ ਕਾਰੇ ਤਰ੍ਹਾਂ ਅਟਾਲ ਕਰਨਾ ਪਰਮੇਸ਼ਵਰ ਨੂੰ ਉਹਦੇ ਨਾਲ ਜੋੜ ਕੇ ਰੱਖਣਾ ਚਾਹੀਦਾ ਹੈ। ਜਿਹੜਾ ਉਧਰ ਨੂੰ ਜੋੜ ਕੇ ਰੱਖੇ ਉਹ ਇਸ ਜਿੰਦਗੀ ਰੂਪ ਜਹਾਜ਼ ਨੂੰ ਮੂਰਤੀ ਰੂਪ ਕਿਨਾਰੇ ਤੋਂ ਲਾ ਕਰਕੇ ਸਫਲ ਹੋ ਜਾਂਦਾ ਹੈ। ਸੋ ਸਤਿਗੁਰੂ ਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਨੇ ਨਿਸ਼ਾਨ ਸਾਹਿਬ ਦੇ ਵਿਚ ਇਹ ਗੁਣ ਦੱਸੇ ਹਨ, ਉਹਦੇ ਵਿਚ ਇਹ ਵਸਤੂ ਮਿਲਦੀਆਂ। ਖਾਲਸਾ ਜੀ, ਨਿਸ਼ਾਨ ਜਿਹੜੇ ਹਨ ਉਹ ਉਹਨਾਂ ਕੌਮਾਂ ਦੇ ਹਮੇਸ਼ਾ ਦੇ ਝੂਲਦੇ ਹਨ ਜਿਹੜੀਆਂ ਕੌਮਾਂ ਮਰਨ ਮਿਟਣ ਜਾਂਦੀਆਂ ਹੋਣ, ਜਿਹੜੀਆਂ ਕੌਮਾਂ ਮਰ ਕੇ ਆਪਣਾ ਹੱਕ ਲੈਣ ਜਾਂਦੀਆਂ ਹੋਣ, ਉਹਨਾਂ ਕੌਮਾਂ ਦੇ ਨਿਸ਼ਾਨ ਝੂਲਦੇ, ਬਾਕੀ ਮੇਰੇ ਨਹੀਂ। ਸਾਡਾ ਇੱਕ ਵੀ ਲੈਂਦੇ ਸੀ ਕਈ ਬੋਲੇ ਔਰ ਕਹਿੰਦੇ ਸਿੱਖ ਅਗੇ ਕੋਈ ਕੌਮ, ਸਿੱਖ ਕੌਮ ਹੈ ਨਾ ਵੱਖਰੀ ਕੌਮ ਹੈ, ਇਹ ਇੱਕ ਕੌਮ ਹੈ। ਉਹਨਾਂ ਨੇ ਪਤਾ ਨੀ ਕਿ ਜਿਹੜਾ ਅਖਬਾਰ ਵਿਚ ਕਹੋ ਗਾਇਨ ਖਾਣ ਕੇ ਚਾਹ ਨਾ ਰੇਡੀਅਨ ਸਵੇਰ ਨੂੰ ਪੰਡਾਲਾ ਕਹਿੰਦੇ ਕੌਮ ਹੀ ਨਹੀਂ, ਔਰ ਸਿੱਖ ਕੌਮ ਤਾਂ ਇੱਕ ਵੱਖਰੇ ਕੌਮ ਹੈ। ਇਹਦੀ ਵੱਖਰੀ ਕੌਮ ਬਣੀ ਕਿਆ, ਇਹਨੂੰ ਬਣਾਇਆ ਗਿਆ। ਵੈਸੇ ਤਾਂ ਸਿੰਘ ਸਾਰੇ ਇੱਕੋ ਹੀ, ਪਰ ਇਹਨਾਂ ਨੂੰ ਵੱਖਰੇ ਕਰ ਦਿੱਤਾ ਗਿਆ ਕਿ ਜਿਹੜੇ ਲੋਕ ਵੱਖਰੇ ਹੋਏ ਆ ਉਹ ਇਹਦੇ ਵਿਚੋਂ ਨਿਕਲ ਜਾਂਦਾ। ਅੱਗੇ ਕਈ ਜਿਹੜੇ ਬੇਨਤੀ ਕੀਤੀ ਹੈ, ਦੁਨੀਆਂ ਵਿਚ ਸਿੱਖ ਤੋਂ ਬਿਨਾਂ ਜਾਂਦਾ ਹੀ ਕੋਈ ਨਹੀਂ ਹੈ। ਜੇ ਕੇਸਦਾਰ ਕ੍ਰਿਸ਼ਨ ਜੀ ਦੇ ਹੈ, ਕੇਸਦਾਰ ਰਾਮਚੰਦਰ ਹੈ, ਕੇਸ ਰਾਮਚੰਦਰ ਜੀ ਦੇ ਹੈ, ਈਸਾ ਜੀ, ਮੁਹੰਮਦ ਜੀ, ਮੂਸਾ ਜੀ, ਇਬਰਾਹਿਮ ਜੀ, ਇਹਨਾਂ ਸਾਰਿਆਂ ਦੇ ਕੇਸ ਹੈ, ਦਸਾਂ ਸੰਤਾਂ ਦੇ ਕੇਸ ਹੈ, ਉਹ ਕਾਇਦੇ ਦੇ ਸਾਰੇ ਪੈਗੰਬਰਾਂ ਦੇ ਤੇ ਦੇਵੀ ਦੇਵਤਿਆਂ ਦੇ ਕੇਸ ਹੈ। ਇਹ ਸੋਚਣਾ ਚਾਹੀਦਾ ਵੀ ਜੇ ਕੇਸ ਮਾਰੀ ਕੀ ਹੁੰਦੀ ਹੈ, ਕੋਈ ਨੀ ਪੇਰਾਂ ਪਰ ਆਪਣੇ ਕਟਵਾ ਦੂੰਗਾ ਕੇਸ। ਇਸ ਵਾਸਤੇ ਦੁਨੀਆਂ ਚ ਹਿੰਦੂ ਵੀ ਕੇਸਾਂ ਧਾਰੀ ਜਾਂਦਾ, ਕੇਸਾਂ ਧਾਰੀ ਸਿੱਖ ਜਾਂਦਾ, ਕੇਸਾਂ ਧਾਰੀ ਮੁਸਲਮਾਨ ਜਾਂਦਾ। ਇਹ ਸਾਰੇ ਕੇਸ ਬਾਹਰ ਰੱਖਣ, ਕੋਈ ਹਿੰਦੂ ਨੀ ਕਹਿਣਾ, ਕੋਈ ਮੁਸਲਮਾਨ ਨੀ ਕਹਿਣਾ, ਸਾਰੇ ਸਵਰਾਜ ਨੀ ਕਹਿ ਕੇ ਬੋਲਣਗੇ, ਸ਼ਰਮਾ ਰਾਮ ਤੇ ਚੱਲੇ ਰਾਮ ਕਹਿ ਕੇ ਕੋਈ ਨੀ ਬੁਲਾਉਂਦਾ ਕਿਸੇ ਨੂੰ। ਸੋ ਖਾਲਸਾ ਦੇ ਨਿਸ਼ਾਨ ਕਿੰਨੇ ਕੌਮਾਂ ਦੇ ਧੁੰਦੇ ਆ, ਜਿਹੜੀਆਂ ਕੌਮਾਂ ਮਰ ਕੇ ਆਪਣੇ ਨਿਸ਼ਾਨ ਨੂੰ ਕਾਇਮ ਰੱਖਣਾ ਜਾਣਦੀਆਂ ਹੋਣ। ਨਿਸ਼ਾਨ ਸ਼ਿਵ ਦਵਾਲਿਆਂ ਉੱਪਰ ਵੀ ਹੋਏ, ਨਿਸ਼ਾਨ ਦੂਜੇ ਗੁਰਮੁਖ ਭਰਾਵਾਂ ਦੇ ਮੰਦਰਾਂ ਉੱਪਰ ਵੀ ਹੈਗਾ, ਕਿਸੇ ਕੋਈ ਕਿੰਤੂ ਨਹੀਂ। ਪਰ ਜੋ ਨਿਸ਼ਾਨ ਸੁਪਨਾ ਦੇ ਬਾਣੀ ਨੇ ਦਿੱਤਾ ਹੈ ਇਹ ਨੂੰ ਕਿਸੇ ਮਿਲੇਗਾ, ਤੇ ਇਸ ਨਿਸ਼ਾਨ ਦੇ ਗੁਣ ਧਾਰਨ ਕਰ ਲਈਏ ਕਿ ਬ੍ਰਹਮ ਗਿਆਨ ਹੋ ਸਕਦਾ ਹੈ। ਪਰ ਜੋ ਇਹਦੇ ਪਿੱਛੇ ਲਈ ਤੇ ਸੁਣ ਕੇ ਇੱਥੇ ਛੱਡ ਜਾਣੀ ਹੈ, ਤੇ ਫਿਰ ਕਦੇ ਆਪਣੀ ਜੋ ਕਹਿਣਾ ਧਾਰਨ ਕਰਨ ਦੇ ਨਾਲ ਕਮਾਈ ਕਰਨ ਦੇ ਨਾਲ ਲਾਭ ਹੋਣਾ ਹੈ। ਤੇ ਦੇਖੋ ਨਿਸ਼ਾਨ ਸਾਹਿਬ ਬਾਰੇ ਸਤਿਗੁਰੂ ਨੇ ਬੜੀਆਂ ਭਾਰੀ ਕੁਰਬਾਨੀਆਂ ਕੀਤੀਆਂ ਹਨ। ਖਾਲਸਾ ਜੀ, ਨਿਸ਼ਾਨ ਸਾਹਿਬ ਦਾ ਜਿਹੜਾ ਖੜਾ ਹੈ ਇਹ ਸਾਰਿਆਂ ਤੋਂ ਉੱਚਾ ਬਣਾਇਆ ਜਾਂਦਾ ਹੈ, ਧਰਤੀ ਤੇ ਰੱਖ ਕੇ ਨੀਵੇਂ ਵੀ ਤੇ ਲੱਕ ਜਿਨ੍ਹਾਂ ਦੇ ਮੋਢੇ ਜਿਨ੍ਹਾਂ ਉੱਚਾ ਬਣਾਈਦਾ ਹੈ। ਉਹ ਨਿਸ਼ਾਨ ਸਾਹਿਬ ਦੇ ਉੱਚੇ ਖੜੇ ਤੋਂ ਇਹ ਸਿੱਖਿਆ ਲੈਣੀ ਹੈ ਕਿ ਭਾਈ ਵੱਖਰੇ ਰਹਿਣਾ, ਜਦ ਦਾ ਖਾਲਸਾ ਰਹਿਣਾ ਨਿਆਰਾ ਹੈ ਤਦ ਦਾ ਤੇਗ ਦੀ ਉਹ ਮੈਂ ਸਾੜਾ, ਜਦ ਗਿਆ ਜਿੱਤਣ ਕੀ ਰੀਤ ਮੈਂ ਨਾ ਕਰਾਂ ਗਿਣਤੀ ਪ੍ਰਤੀਤ। ਇਹ ਨਿਸ਼ਾਨ ਸਾਹਿਬ ਦੇ ਖੜੇ ਤੋਂ ਗੁਣ ਧਾਰਨ ਕਰਨਾ ਹੈ, ਤੇ ਜਿਹੜਾ ਇਹਦਾ ਵਿਸਾਖੀ ਰੰਗ ਕੀਤਾ ਹੁੰਦਾ ਖੜੇ ਦਾ, ਉਹਦੇ ਤੋਂ ਸਿੱਖਿਆ ਲੈਣੀ ਹੈ ਕਿ ਦੁਨੀਆਂ ਵੱਲੋਂ ਮਰ ਕੇ ਮੋਹ ਤੋੜ ਕੇ ਇਸ ਨਿਸ਼ਾਨ ਸਾਹਿਬ ਦੇ ਸੇਵਾਦਾਰ ਬਣਦੇ, ਪੁਜਾਰੀ ਬਣਦਾ, ਆਪੋ ਨਹੀਂ ਬਣਿਆ ਜਾਂਦਾ, ਉਹ ਖੜੇ ਦੇ ਰੰਗ ਤੋਂ ਸਿੱਖਿਆ ਲਈ ਜਿਹੜਾ ਵਿਸਾਖੀ ਰੰਗ ਲੱਗਿਆ ਹੋਵੇ। ਇਸੇ ਤਰ੍ਹਾਂ ਨਿਸ਼ਾਨ ਸਾਹਿਬ ਦਾ ਕੱਪੜਾ ਹੈ ਕੇਸਰੀ ਰੰਗ ਦਾ, ਉਹਦੇ ਤੋਂ ਸਿੱਖਿਆ ਮਿਲ ਗਈ ਕਿ ਸ਼ਹੀਦਾਂ ਦੇ ਖੂਨ ਦਾ ਰੰਗਿਆ ਹੋਇਆ ਹੈ। ਸੋ ਨਿਸ਼ਾਨ ਦਾ ਕੱਪੜਾ ਹੈ, ਉਹ ਕੱਪੜੇ ਕੁਛ ਹੋਰ ਵੀ ਚੀਜ਼ਾਂ ਲੈਣੀਆਂ, ਸਿੱਖਿਆ ਲੈਣੀ ਹੈ, ਜਿਵੇਂ ਹੁਣ ਗਰਮੀ ਹੈ ਪੱਖੇ ਤੁਸੀਂ ਚਲਾਏ ਹੋਏ ਹੈ, ਪਰ ਕੱਪੜੇ ਸਾਰਿਆਂ ਨੂੰ ਕਹਿੰਦੇ ਹੈ, ਕਿਉਂਕਿ ਕੱਪੜਾ ਗਰਮੀ ਤੋਂ ਬਚਾਅ ਵਾਸਤੇ ਪਹਿਨਦੇ, ਕੱਪੜਾ ਠੰਡ ਤੋਂ ਬਚਾਅ ਵਾਸਤੇ ਪਹਿਨੀ ਦਾ ਹੈ। ਇਸੇ ਤਰ੍ਹਾਂ ਜਿਹੜਾ ਨਿਸ਼ਾਨ ਸਾਹਿਬ ਦਾ ਕੱਪੜਾ ਹੈ ਉਹ ਤੋਂ ਗੁਣ ਧਾਰਨ ਕਰਨਾ ਕਿ ਜਿਹੜਾ ਇਸ ਨਿਸ਼ਾਨ ਸਾਹਿਬ ਦੇ ਥੱਲੇ ਆਵੇਗਾ ਉਹਨੂੰ ਪਾਪਾਂ ਰੋਟੀ ਪਾਲਾ ਨੀ ਲੱਗੇਗਾ, ਸਾਰੇ ਪਾਪਾਂ ਦਾ ਪਿਆਰ ਕਰਾਉਂਦਾ, ਪ੍ਰੇਮ ਨੂੰ ਦਿੰਦਾ ਪਿਆਰ ਕਰਾਉਂਦੇ। ਤੇ ਜਿਹੜਾ ਇਹ ਥੱਲੇ ਲਾਏਗਾ ਉਹਨੂੰ ਕ੍ਰਿਸ਼ਨ ਰੋਪੀ ਅੱਜ ਨੂੰ ਸਾਰ ਸਕੇਗੀ, ਜਿਹੜਾ ਇਹਦਾ ਪੁਜਾਰੀ ਬਣੇਗਾ ਉਹ ਉਹਦੇ ਤੋਂ ਗੁਣ ਧਾਰਨ ਕਰਨਾ। ਨਿਸ਼ਾਨ ਸਾਹਿਬ ਦੇ ਕੱਪੜੇ ਨੂੰ ਗੰਢਾਂ ਦਿੱਤੀਆਂ ਹੁੰਦੀਆਂ ਛੋਟੀਆਂ ਛੋਟੀਆਂ ਡੂੰਘਾਈਆਂ ਪਾੜ ਕੇ, ਉਹਦੇ ਤੋਂ ਸਿੱਖਿਆ ਲੈਣੀ ਹੈ ਕਿ ਜਿਹੜੀਆਂ ਮਨ ਦੀਆਂ ਵਿਅਕਤੀਆਂ ਵਾਲੀਆਂ ਇਹਨਾਂ ਵਿਅਕਤੀਆਂ ਰੋਕੀ ਲੀਰਾਂ ਨੂੰ ਕਈ ਤਰੋਕੀ ਗੰਢ ਪਾ ਕਰਕੇ ਪਰਮੇਸ਼ਵਰ ਦੇ ਨਾਲ ਜੋੜ ਕੇ ਰੱਖਣਾ ਹੈ, ਇਹ ਉਹਨਾਂ ਵਿੱਚ ਗੁਣ ਧਾਰਨ ਕਰਨਾ ਖਾਲਸਾ ਦੇ। ਤੇ ਇਸੇ ਤਰ੍ਹਾਂ ਹੀ
ਨਿਸ਼ਾਨਸਾਹਿਬ ਦੇ ਕਿਉਂ ਪਾਸੇ ਤਾਰਾਂ ਪਾਈਆਂ ਹੁੰਦੀਆਂ ਇੱਥੇ ਦੇ ਲੱਗੇ ਨਿਸ਼ਾਨ ਸਾਹਿਬ ਉਹਨਾਂ ਦੇ ਪਾਈਆਂ ਹੁੰਦੀਆਂ ਉਹਨਾਂ ਤਾਰਾਂ ਤੋਂ ਗੁਣ ਗ੍ਰਹਿਣ ਕਰਨਾ ਜਿਹੜੀ ਉੱਪਰਲੇ ਪਾਸੇ ਤਾਰ ਵੱਧੀ ਹੁੰਦੀ ਹੈ ਉਹ ਤੋਂ ਸਿੱਖਿਆ ਲੈਣੀ ਹੈ ਕਿ ਆਪਣੇ ਮਨ ਦੀ ਵਰਤੀ ਨੂੰ ਪਰਮੇਸ਼ਰ ਦੇ ਨਾਲ ਪ੍ਰੀਤੀ ਰੂਪੀ ਡੰਡ ਦੇ ਕੇ ਜੋੜਨਾ ਹੈ ਜਿਹੜੀ ਥੱਲੇ ਡੰਡ ਦਿੱਤੀ ਹੁੰਦੀ ਹੈ ਧਰਤੀ ਚ ਕਿੱਲੇ ਦੇ ਨਾਲ ਜੇ ਗੱਡੀ ਹੁੰਦੀ ਤਾਰ ਉਹ ਤੋਂ ਸਿੱਖਿਆ ਲੈਣੀ ਹੈ ਤੇ ਇਸ ਮਾਰਗ ਵਿਚ ਰਹਿਣਾ ਦਿਸ਼ਾ ਸਭ ਹੈ ਸਭ ਤੇ ਰਹਿਤੇ ਪਾਰ ਬ੍ਰਹਮ ਕਾ ਉਹ ਧਿਆਨ ਧਰਦੇ ਐਸਾ ਖਾਲਸਾ ਨੇ ਉਹਦੇ ਵਿੱਚੋਂ ਗੁਣ ਗ੍ਰਹਿਣ ਕਰਨਾ ਹੈ ਸੋ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਇਸ ਪਵਿੱਤਰ ਨਿਸ਼ਾਨ ਸਾਹਿਬ ਦੀਆਂ ਇਹਨਾਂ ਤਾਰਾਂ ਦੇ ਵਿੱਚੋਂ ਇਹ ਗੁਣ ਗ੍ਰਹਿਣ ਕਰਕੇ ਤੇ ਆਪਣੇ ਜੀਵਨ ਨੂੰ ਸੁਚੱਜਾ ਬਣਾਉਣਾ ਹੈ ਨਿਸ਼ਾਨ ਸਾਹਿਬ ਦੇ ਉੱਪਰ ਇੱਕ ਫਰਲਾ ਹੁੰਦਾ ਫਰਲਾ ਇਸ ਵਾਸਤੇ ਨੂੰ ਹੁੰਦਾ ਕਿ ਚੱਲ ਵਾਲਾ ਸੋਹਣਾ ਲੱਗਦਾ ਨਹੀਂ ਉਹਦਾ ਕੋਈ ਗੁਣ ਉਹਦਾ ਕੋਈ ਕਾਰਨ ਕੋਈ ਪ੍ਰਬੋਧਨ ਹੈ ਹਵਾ ਲੱਗਦੀ ਹੈ ਉਹ ਫਰਲਾ ਹੁੰਦਾ ਜਿਵੇਂ ਕਿਤੇ ਮਨੁੱਖ ਨੂੰ ਆਵਾਜ਼ ਮਾਰੀਏ ਉਹ ਆਵਾਜ਼ ਮਾਰ ਕੇ ਉਸ ਨੂੰ ਸੁਣਦਾ ਨਹੀਂ ਫਿਰ ਦੁਬਾਰਾ ਆਵਾਜ਼ ਮਾਰ ਕੇ ਆਪਣੇ ਹੱਥ ਦਾ ਇਸ਼ਾਰਾ ਕਰੀਦਾ ਤੇ ਭਾਈ ਆਸ ਪਾਸ ਤੇ ਤੈਨੂੰ ਬੁਲਾਈਦਾ ਤੂੰ ਇੱਧਰ ਨੂੰ ਆ ਜਾ ਇਸੇ ਤਰ੍ਹਾਂ ਦਾ ਪਵਿੱਤਰ ਫਰਲਾ ਹੈ ਨਿਸ਼ਾਨ ਸਾਹਿਬ ਦਾ ਉਹਦੇ ਵਿੱਚ ਸਿੱਖਿਆ ਮਿਲਦੀ ਹੈ ਇੱਕ ਉਹ ਭਾਈ ਸਾਰਿਆਂ ਲੋਕਾਂ ਨੂੰ ਉਹ ਹੱਥ ਦੀ ਤਰ੍ਹਾਂ ਆਵਾਜ਼ ਮਾਰ ਕੇ ਕਹਿ ਰਿਹਾ ਹੈ ਕਿ ਕੋਈ ਭਾਈ ਮੁੰਡਾ ਕੋਈ ਭੁੱਖਾ ਕੋਈ ਪਿਆਸਾ ਕੋਈ ਛੱਕਿਆ ਇਸ ਨਿਸ਼ਾਨ ਸਾਹਿਬ ਵਾਲੀ ਜਗ੍ਹਾ ਤੇ ਆਵੋ ਕਿਉਂਕਿ ਨਿਸ਼ਾਨ ਉੱਤੇ ਢੁੱਲੇਗਾ ਜਿੱਥੇ ਗੁਰਦੁਆਰਾ ਹੈ ਦੂਜੀਆਂ ਥਾਵਾਂ ਤੇ ਵੀ ਇਹਦਾ ਨਿਸ਼ਾਨ ਚੱਲਦਾ ਗੁਰਦੁਆਰੇ ਭੁੱਖੇ ਨੂੰ ਰੋਟੀ 20 ਰੁਪਈਆਂ ਦਾ ਸੌਦਾ ਹੈ ਗੁਰੂ ਨਾਨਕ ਦੇਵ ਜੀ ਨੇ ਕੀਤਾ ਕਿ ਡੁੱਬੋ ਡੋਗੇ ਰਹਿਣਾ ਸੱਚੇ ਸੌਦੇ ਨੂੰ ਦੁਕਾਨਾਂ ਆਦਿ ਵੀ ਬਹੁਤ ਹੈ ਪਰ ਸੱਚੇ ਸੌਦੇ ਨੂੰ ਦੁਕਾਨਾਂ ਤੇ ਸੌਦਾ ਝੂਠ ਤੇ ਤੋੜਦਾ ਹੈ 20 ਰੁਪਈਏ ਸਾਨੂੰ ਮੱਥਾ ਤੇ ਇਹਦਾ ਤੁਸੀਂ ਰੋਂਦੇ ਘਰ ਹੁੰਦਾ ਕਿ ਉਹ ਦਾ ਸੌਦਾ ਹੈ ਪਰ ਸਤਿਗੁਰੂ ਨੇ ਸੌਦਾ ਕੀਤਾ 20 ਰੁਪਈਏ ਦਾ ਸੌਦਾ ਫਕੀਰਾਂ ਨੇ ਲੰਗਰ ਪਾ ਕੇ ਪੇਟਾਂ ਧੁੱਪਾਂ ਚ ਖਾਧੀ ਚੁਕੇ ਖਾਧੇ ਇਹੋ ਜਿਹਾ ਸੱਚਾ ਸੌਦਾ ਕੀਤਾ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਨੇ ਸੋ ਖਾਲਸਾ ਜੀ ਉਹ ਖੱਤਰੀ ਬ੍ਰਾਹਮਣ ਸੂਰ ਬੈਸ ਇਸ ਤਰ੍ਹਾਂ ਸੰਨਿਆਸੀ ਬ੍ਰਹਮਚਾਰੀ ਆਦਿ ਜਿਤਨੇ ਹਨ ਕੋਈ ਉੱਥੇ ਆ ਜਾਵੇ ਉਹ ਚੌਹਾਂ ਦੇ ਵਾਸਤੇ ਚੌਹਾਂ ਆਸ਼ਰਮਾਂ ਦੇ ਵਾਸਤੇ ਚੌਹਾਂ ਪਦਮਾਂ ਦੇ ਵਾਸਤੇ ਸਮੂਹ ਗਊਆਂ ਆਪਣੇ ਗਰੀਬਾਂ ਦੇ ਵਾਸਤੇ ਮਜ਼ਲੂਮਾਂ ਦੇ ਵਾਸਤੇ ਰਾਜਾਂ ਧਨੀਆਂ ਦੇ ਵਾਸਤੇ ਸਾਰਿਆਂ ਵਾਸਤੇ ਖੁੱਲ੍ਹਾ ਦਰਵਾਜ਼ਾ ਆਇਆ ਅੱਜ ਕੱਲ੍ਹ ਵੀ ਕਈ ਕਹਿੰਦੇ ਹੋ ਮੇਰੇ ਗੱਲ ਦਾ ਸੱਚੇ ਤੇ ਸੁੱਚੇ ਸਿੱਖ ਵਾਸਤੇ ਦਰਵਾਜ਼ਾ ਖੁੱਲ੍ਹਾ ਦੂਜੇ ਦੀ ਖਬਰ ਕਰੋ ਮੇਰੇ ਸ਼੍ਰੋਮਣੀ ਅਕਾਲੀ ਦਲ ਦਾ ਸੱਚੇ ਤੋਂ ਸੁੱਚੇ ਸਿੱਖਿਆ ਤੇ ਖੁੱਲ੍ਹਾ ਦਰਵਾਜ਼ਾ ਖੋਲਣ ਦੀ ਪ੍ਰਕਿਰਿਆ ਭਾਈ ਸੱਚੇ ਤੋਂ ਸੁੱਚੇ ਸਿੱਖਿਆ ਦਰਵਾਜ਼ਾ ਖੁੱਲ੍ਹਾ ਗੁਰੂ ਨਾਨਕ ਦੇਵ ਜੀ ਦਾ ਇਸ ਤੇ ਕੋਈ ਆਏ ਸਾਰਿਆਂ ਵਾਸਤੇ ਸੱਚੇ ਤੇ ਬੜਾ ਸ਼ਰਧਾ ਰੱਖਣੀ ਆਉਂਦੀ ਹੈ ਮੇਰੀ ਆਹ ਕਾਲ ਮੰਮੀ ਦਾ ਕਾਲ ਦਾ ਕੰਮ ਕਰਾਂਗਾ ਆਹ ਮੇਰੀ ਈਦ ਮੰਮੀ ਦਾ ਕਾਲ ਕੰਮ ਕਰਾਂਗਾ ਦਰਵਾਜ਼ਾ ਕੀ ਖੁੱਲ੍ਹਾ ਹੈ ਦਰਵਾਜ਼ਾ ਖੁੱਲ੍ਹਾ ਹੈ ਤੁਸੀਂ ਉੱਥੇ ਦਰਖਾਸਤ ਜਾਂਦੇ ਹੋ ਸਾਡੇ ਨਾਲ ਕੋਈ ਉਹਦਾ ਕੈਸੇ ਸੋਧਿਆ ਜੋ ਦਰ ਐਸਾ ਹੋਏ ਇਹ ਨਿਸ਼ਾਨ ਸਾਹਿਬ ਦੇ ਫਰਮੇ ਦੇ ਉੱਤੇ ਸਿੱਖਿਆ ਮਿਲਦੀ ਹੈ ਕਿਸੇ ਨਾਲ ਈਰਖਾ ਨੀ ਕਿਸੇ ਨਾਲ ਦੁਆਸ਼ ਨੀ ਕਿਸੇ ਨਾਲ ਕੋਈ ਮਤ ਭੋਗਣੀ ਨਹੀਂ ਹੈ ਇੱਥੇ ਜਿਹੜਾ ਆਵੇਗਾ ਗੁਰੂ ਤੋਂ ਸੰਗਤ ਇੱਥੇ ਗੁਰੂ ਦਾ ਸਰੂਪ ਹੈ ਉਹ ਫਰਮੇ ਦੇ ਉੱਪਰ ਖਾਲਸਾ ਜੀ ਇੱਕ ਗੋਲ ਜਿਹਾ ਚੱਕਰ ਹੁੰਦਾ ਕਾਲੇ ਦੇ ਰੰਗ ਦਾ ਉਹਦੇ ਵਿੱਚ ਇੱਕ ਖੰਡੇ ਦੀ ਫੋਟੋ ਬਣਾਈ ਜਾਂਦੀ ਹੈ ਉਹ ਇਸ ਵਾਸਤੇ ਨੀ ਬਣਾਈ ਜਾਂਦੀ ਕਿ ਸੋਹਣਾ ਵਾਹਵਾ ਲੱਗਦਾ ਹੈ ਉਹਦੇ ਉੱਤੇ ਮੂੰਹ ਧਾਰਨ ਕਰਨੀ ਹੈ ਉਹ ਚੱਕਰ ਹੈ ਉਹ ਇੱਕ ਲਕੀਰ ਹੈ ਉਹ ਲਕੀਰ ਤੋਂ ਗੁਣ ਧਾਰਨ ਕਿਹੜਾ ਕਰਨਾ ਹੈ ਜਿਵੇਂ ਰਾਮ ਸਿੰਘ ਜੀ ਬਣੇ ਬਾਤ ਕੱਟਣ ਵਾਸਤੇ ਗਏ ਸਨ ਸੀਤਾ ਜੀ ਨਾਲ ਲੈ ਕੇ ਇਹ ਪ੍ਰਸੰਗ ਤਾਂ ਬਹੁਤਾ ਲੰਮਾ ਪੈ ਰਹੀ ਹੈ ਯਾਦ ਨਹੀਂ ਦੇ ਰਹੀ ਸੋ ਖਾਲਸਾ ਜੀ ਜਿਸ ਵੇਲੇ ਕੁਟੀਆ ਵਿੱਚ ਰਹੇ ਹੈ ਜਿਸ ਵੇਲੇ ਮਿੱਤਰ ਦਾ ਜੱਗ ਸੰਪੂਰਨ ਕੀਤਾ ਸਮਾਨ ਨੂੰ ਫਾਲ ਮਾਰਿਆ ਮਰੀਚ ਨੂੰ ਲੰਕਾ ਸੁੱਟਿਆ ਸੋ ਮਤਰੇਲ ਨਾਂ ਕਚਈ ਨੇ ਮੈਨੂੰ ਬਾਸ ਦਵਾਇਆ ਨਾਸ ਤੇ ਜਾ ਕੇ ਰਾਮ ਚੰਦਰ ਜੀ ਰਹਿਣ ਲੱਗੇ ਉੱਥੇ ਰਾਮ ਦੀ ਪਰਮ ਸੂਖ ਨਗਰ ਆਈ ਉਹਨੇ ਜੱਤ ਸੱਤ ਲਕਸ਼ਮਣ ਦਾ ਗਾਉਣਾ ਚਾਹਿਆ ਉਹਨੇ ਨਾਸਤਾ ਤੁਰਿਆ ਜੱਤ ਰਾਮ ਨੂੰ ਸਾਹਮਣੇ ਮਾਰਿਆ ਸੂਖ ਨਗਰ ਤੇ ਸੈਨ ਕਿਹੜੀ ਜੰਗਲ ਚਲਾ ਰਹੀ ਹੈ ਤੇਰੇ ਰੱਖਣ ਦੇ ਗੁਰੂ ਦਾ ਉਹ ਸੀ ਸੀਤਾ ਜੀ ਵਾਲਾ ਇਸ਼ਾਰਾ ਸੋ ਖਾਲਸਾ ਜੀ ਜਿਸ ਵੇਲੇ ਰਾਵਣ ਨੂੰ ਪਤਾ ਲੱਗਾ ਮੰਗਤਾ ਬਣ ਕੇ ਆਇਆ ਸੀਤਾ ਤੋਂ ਭਿੱਖਿਆ ਮੰਗੀ ਸੁਰਿੰਦਰਾ ਹਰ ਬਣਾ ਕੇ ਮਰੀਚ ਨੂੰ ਕੁਟੀਆ ਅੱਗੇ ਜੀ ਲਿਆਇਆ ਉਹਦੇ ਨਾਲ ਰਾਮ ਚੰਦਰ ਜੀ ਗਏ ਮਗਰੇ ਲਕਸ਼ਮਣ ਨੂੰ ਭੇਜਿਆ ਗਿਆ ਤਾਂ ਮਾਰ ਕੇ ਭਿੱਖਿਆ ਪਾਉਣੀ ਚਾਹੀ ਸੀਤਾ ਜੀ ਨੇ ਭਿੱਖਿਆ ਬਾਹਰ ਆ ਕੇ ਪਾਈ ਲਕੀਰ ਦੀ ਅਗਨਾ ਖੇਚੇ ਰਾਮ ਨੂੰ ਚੁੱਕ ਕੇ ਲਿਆ ਗਤਾਊ ਨੇ ਚੂਹਾ ਮਾਰਿਆ ਅਗਨ ਬਾਗ ਮਾਰ ਕੇ ਖੰਡ ਸਾੜੇ ਅਸ਼ੋਕ ਬਾਗ ਚਲ ਜਾ ਕੇ ਉਤਾਰਾ ਕੀਤਾ ਸੋ ਹਨੂਮਾਨ ਨੂੰ ਭੇਜਿਆ ਉਹਨੇ ਅਸ਼ੋਕ ਬਾਗ ਪੁੱਟਿਆ
ਉਸਨੂੰ ਰੂਮ ਪਤਵਾ ਕੇ ਅੱਗ ਲਵਾ ਕੇ ਉੱਥੇ ਦੇ ਲੋਕਾਂ ਦੀਆਂ ਦਾੜੀਆਂ ਸਾੜੀਆਂ ਲਾਂਕਾਂ ਦੇ ਗੁੰਮ ਨਿਕਾਲੇ ਕੀਤੇ ਉਦੋਂ ਤੋਂ ਲੈ ਕਰਕੇ ਦਾੜੀ ਮੁੰਨੀ ਤੇ ਦਾੜੀ ਖੋਜੀ ਵਾਲੀ ਲਾਂਕਾਂ ਦਾ ਚੋਰ ਕਹਿਣ ਲੱਗ ਪਏ ਸਿੱਖ ਐਸੀ ਹਾਲਤ ਹੋ ਗਈ ਮਗਰੋਂ ਗੁਰੂ ਕੇ ਪਿਆਰੇ ਹਨੂਮਾਨ ਨਾਮ ਪਹੁੰਚਾਇਆ ਬਾਂਦਰਾਂ ਦੀ ਫੌਜ ਨਾਲ ਲੈ ਕੇ ਰਾਮ ਚੰਦਰ ਦੀ ਸੇਵਾ ਨੂੰ ਛੁਡਾਉਣ ਵਾਸਤੇ ਗਏ ਇਹ ਕਿਉਂ ਕਰਨਾ ਪਿਆ ਸਾਰਾ ਕੁਝ ਲਕੀਰ ਦੀ ਉਹਨਾਂ ਕੀਤੀ ਸੀ ਪਿਛੋਕੜ ਹੋਰ ਵੀ ਬਹੁਤ ਹੈ ਪਰ ਉਸ ਪਾਸੇ ਗਿਆਨ ਤੇ ਗਾਂ ਇੱਕ ਸੰਗ ਤੇ ਰਾਤ ਨੂੰ ਬਹੁਤ ਹੋਣੀ ਤੇ ਚੱਲ ਰਹੇ ਤਾਂ ਮੈਂ ਸੁਖ ਮੁਰੂ ਵਿੱਚ ਬਿਲਕੁਲ ਕੀਤੇ ਹੋ ਸੋ ਖਾਲਸਾ ਜੀ ਉਹਨੂੰ ਵਾਪਸ ਲਿਆਂਦਾ ਗਿਆ ਪਰ ਵੇਖ ਲਓ ਕਿੰਨੀ ਜਦੋਂ ਜਹਾਜ ਕਰਨੀ ਪਈ ਹੈ ਕਿੰਨਾ ਯਤਨ ਕਰਨਾ ਪਿਆ ਹੈ ਇਸੇ ਤਰ੍ਹਾਂ ਜਿਹੜੀ ਇਹ ਲਕੀਰ ਆ ਚੱਕਰ ਦੀ ਉਹਨੂੰ ਸੁੱਖਿਆ ਲੈਣੀ ਹੈ ਜਿਹੜਾ ਕਰਨਗੇ ਤਰਜ ਸ਼ਮੇਸ਼ ਪਿਤਾ ਜੀ ਦੇ ਮੇਰੇ ਤੋਂ ਹੁਕਮ ਰੱਖੇ ਲਕੀਰ ਦੀ ਜਿੰਦਰ ਪਦਾਤਮਾ ਜੀਵ ਨੂੰ ਕਿਸ ਤਰੇਕਾ ਤੁਰ ਸਬਾਈ ਨਾਲ ਦੇ ਮੁਤਾਬਕ ਜਿਹੜਾ ਹੁਕਮ ਰੋਪੀ ਲਕੀਰ ਦੀ ਉਹਨਾਂ ਕਰੇਗਾ ਉਹਦੀ ਜਿੰਦਰ ਰੋਪੀ ਸੇਤਾ ਨੂੰ ਹੰਕਾਰ ਦੇ ਆਪ ਤੇ ਜਾਂਚ ਕਾਲ ਰੋਪੇ ਰਾਮ ਚੁੱਕ ਕੇ ਲਾਵੇਗਾ ਫਿਰ ਕਿਸੇ ਗੁਰੂ ਕੋ ਪਿਆਰੇ ਜਾਣੂ ਕਿ ਹਨੂਮਾਨ ਨੂੰ ਭੇਜਣਾ ਪਵੇਗਾ ਉਹ ਕਿਸੇ ਪ੍ਰੀਤ ਰੋਪੀ ਮੁੰਦਰੀ ਲਿਆ ਕੇ ਦੇਵੇਗਾ ਫਿਰ ਕਿਸੇ ਈਸ਼ਰ ਰੋਪੀ ਰਾਮ ਸਿੰਘ ਨੂੰ ਜਾ ਕੇ ਉਹ ਜੰਗ ਰੂਪੀ ਸੇਤਾ ਕਾਲ ਰੂਪੀ ਰਾਮ ਕੋਲ ਛੁਡਾ ਕੇ ਜਾਂ ਗਿਆਨ ਰੂਪੀ ਰਾਮ ਕੋਲ ਛੁਡਾ ਕੇ ਫਿਰ ਕਿਤੇ ਸਤਖੰਡ ਰੂਪ ਅਯੁੱਧਿਆ ਪੁਰੀ ਚਲਾਉਣੀ ਪਵੇਗੀ ਇੰਨਾ ਯਤਨ ਕਰਨਾ ਪੈਣਾ ਹੈ ਦੇਹ ਕਰਾਈਆਂ ਚੰਗੀਆਂ ਬਣਾਇਆ ਭੈਣਾਂ ਧੀਆਂ ਜਾਣਾ ਵਾਲਾ ਜੀਵਨ ਸਿੱਖ ਨੂੰ ਬਣਾਉਣਾ ਚਾਹੀਦਾ ਅੰਮ੍ਰਿਤ ਛਕਿਆ ਹੈ ਤੁਹਾਨੂੰ ਵਧਾਈ ਵੀ ਹੈ ਕਿ 1500 ਸਿੰਘਾਂ ਨੇ ਖਾਲਸਾ ਦੇ ਗੁਰੂ ਕੇ ਜਹਾਜ਼ ਤੇ ਚੜ੍ਹਨਾ ਕੀਤਾ ਬੜੇ ਸਤਿਗੁਰੂ ਗੁਰੂ ਮਹਾਰਾਜ ਜੀ ਕਰਤਾ ਹੈ ਮੁਕਾ ਪ੍ਰਤੀ ਸੌ ਸਿੰਘ ਦਾ ਅਹਿਸਾਸ ਸੀ ਕਿ ਨਿਤ ਸੌ ਸਿੰਘ ਅਮਰ ਛੱਡਦਾ ਜਿਦਾਂ ਮੈਂ ਜੇਲ੍ਹ ਵਿੱਚੋਂ ਆਇਆ ਪਰ ਤੁਸੀਂ ਉਸ ਤੋਂ ਤਰੱਕੀ ਕੀਤੀ ਹੈ ਮੇਰੇ ਖਿਆਲ ਤੋਂ 9 ਦਿਨ ਤੁਹਾਡੇ ਕੋਲ ਲੱਗੇ ਹੋਣੇ ਹੈ ਤੇ ਤੁਸੀਂ ਜਿਹੜਾ ਕੰਮ ਕੀਤਾ ਹੈ ਭਗਤਾਂ ਦੇ ਗੁਰੂ ਦੇ ਵਧਾਈ ਦੇ ਪਾਤਰ ਹੋਣ ਸੋ ਇਸ ਹਿਸਾਬ ਨਾਲ ਨਿਤ ਦਾ ਕੰਮ ਹੀ ਚੱਲਦਾ ਜਿਦੇ ਦਾ ਨਾਂ ਹੈ ਜੇਲ੍ਹ ਵਿੱਚੋਂ ਸੋ ਖਾਲਸਾ ਜੀ ਮਹਾਰਾਜ ਨੇ ਕਿਰਪਾਲਤਾ ਕੀਤੀ ਹੈ ਅੱਗੇ ਵਾਸਤੇ ਵੀ ਏਕਤਾ ਬਣੀ ਰਹੇ ਕੰਮ ਕੁਸ਼ਹਿਰੇ ਤੁਹਾਡੇ ਕਿਲੀਆਂ ਤੇ ਹੋਣ ਤੇ ਕਰਤਾਰ ਸੰਦੇਸ਼ ਪਹਿਲਾਂ ਕੰਧਾ ਗੰਦੇ ਨਾਲ ਕੀ ਵਿਗਿਆ ਪਿਆ ਹੋਵੇ ਇਸ ਤਰ੍ਹਾਂ ਕੀਤਾ ਤੇ ਜਿੰਦ ਰੂਪੀ ਦੀ ਸੋਚਾਂ ਦੇ ਕੁਝ ਗਿਆਨ ਰੂਪੀ ਜਿਹੜਾ ਰਾਮ ਦਿਲ ਤੰਗ ਨਾ ਕਰੇ ਕਿਤੇ ਇਹ ਕੋਈ ਸਾਫ਼ ਆਵਰਣ ਆ ਕੰਧੀ ਤੋਂ ਗੱਲ ਕਦ ਹੋਰ ਵੀ ਕੀਤੇ ਆਈ ਹੈ ਅਖਬਾਰਾਂ ਦੇ ਮੁਤਾਬਕ ਉਹਦਾ ਭਾਈ ਰਣਜੀਤ ਸਿੰਘ ਇੱਥੇ ਦਾ ਦੱਸਿਆ ਕਿ ਗੁਰਬਤਨੀ ਸੰਬੰਧ ਵਿੱਚ ਉਹ ਮੈਂ ਇੱਕ ਦਿਨ ਘਰੇ ਜਾਇਆ ਤੇ ਸੰਗਤ ਦੇ ਕਹਿਣ ਤੋਂ ਹੁਣ ਸੀ ਬੀ ਆਈ ਵਾਲਿਆਂ ਨੂੰ ਅਡਰ ਆ ਰਿਹਾ ਸ਼ਹਿਰ ਨਿਵਾਸੀਓ ਤੁਹਾਨੂੰ ਬੇਨਤੀ ਕਰਾਂਗਾ ਮੇਰੇ ਚਲੇ ਜਾਣ ਤੋਂ ਪਿੱਛੋਂ ਕਿਤੇ ਨਾ ਹੋਵੇ ਤੇ ਮੈਂ ਉੱਥੇ ਪੰਜਾਬ ਪਹੁੰਚਿਆ ਤੇ ਉਹਦੀ ਮਾਤਾ ਨੂੰ ਫੜ ਕੇ ਪੁਲਿਸ ਵਾਲੇ ਕਿੱਤੀ ਬੰਦਿਆਂ ਨੂੰ ਘੜਾ ਨੂੰ ਉਹਨੂੰ ਕਹਿ ਕੇ ਦੱਸ ਢਿੰਡਰੋਂਵਾਲਾ ਤੇਰੇ ਕੋਲ ਆਇਆ ਸੀਗਾ ਤੇ ਰਣਜੀਤ ਸਿੰਘ ਨੇ ਤੁਹਾਨੂੰ ਮਿਲਾਇਆ ਮੈਂ ਉਹ ਸੀ ਬੀ ਆਈ ਵਾਲਿਆਂ ਤੋਂ ਪੁਲਿਸ ਵਾਲੇ ਨੂੰ ਦੱਸ ਦੇਣਾ ਚਾਹੁੰਦਾ ਹਾਂ ਜੇ ਪਰਿਵਾਰ ਨੂੰ ਤੰਗ ਕਰਨਾ ਤੇ ਤੁਸੀਂ ਪੁੱਛਣੀ ਇਹੀ ਹੈ ਨਹੀਂ ਤੁਹਾਨੂੰ ਮਿਲਾਇਆ ਤੁਹਾਨੂੰ ਮਿਲਾਇਆ ਮੈਨੂੰ ਪੁੱਛ ਰਿਹਾ ਹੁਣ ਮਗਰ ਇਹਨਾਂ ਨੂੰ ਤੰਗ ਕਰਕੇ ਤੁਸੀਂ ਪੁੱਛਣਾ ਹੈ ਵੀ ਦੱਸ ਕੇ ਜੋ ਕਰਾਓ ਕਹਿੰਦੇ ਚਲੋ ਢਿੰਡਰ ਵਾਲੇ ਕੋਲ ਲੈ ਚੱਲਦੇ ਹਾਂ ਅਗਰ ਤੁਹਾਨੂੰ ਸੇਕਲ ਕਰਨੀ ਪੈਣੀ ਪੰਜਾਬ ਤੋਂ ਆਉਣਾ ਤਾਂ ਉਹ ਤੁਸੀਂ ਨੂੰ ਵੀ ਕਰਨੀ ਮੈਂ ਇੱਥੇ ਬੈਠੇ ਇੱਥੇ ਪੁੱਛਣ ਨਹੀਂ ਪੁੱਛਣਾ ਹੈ ਇਲਾਕਾ ਨਿਵਾਸੀ ਜੇ ਇਸ ਤਰ੍ਹਾਂ ਕਿਸੇ ਕਰਕੇ ਉਹਦੀ ਨਾ ਪੁਲਿਸ ਵਾਲੀਆਂ ਗੱਲਾਂ ਇਹ ਜੀਵੇ ਜੀ ਦੇ ਘਰੇ ਰਹਿੰਦਾ ਹੈ ਉਹਦੇ ਤੋਂ ਤਸ਼ੱਦਦ ਕਰੋ ਗਾਂ ਨੂੰ ਪਾਉਣ ਵੇਲੇ ਜੁੜ ਨਹੀਂ ਸਕੇ ਇਹਨਾਂ ਨੂੰ ਇਹ ਨੀ ਪਤਾ ਤੇ ਸਿੱਖਾਂ ਦੀ ਕਹਾਂਗੇ ਗੋਂਦ ਵਰਗੀ ਹੈ ਗੋਂਦ ਵਰਗੀ ਜਿਵੇਂ ਜਿਵੇਂ ਉਹਨੂੰ ਮੱਪਾਂਗੇ ਕਿਵੇਂ ਕਿਵੇਂ ਕਾਹਨ ਉੱਠੇਗੀ ਜਿਵੇਂ ਜਿਵੇਂ ਸ਼ਾਂਤੀ ਰੱਖਾਂਗੇ ਕਿਵੇਂ ਕਿਵੇਂ ਦੇਖੇ ਬੈਠੀ ਰਹਿੰਦੀ ਹੈ ਤੇ ਕੋਈ ਆਸਾ ਨਾ ਹੋਵੇ ਉਹ ਇੱਕ ਮਹੀਨੇ ਜਾ ਰਿਹਾ ਤੇ ਸੀ ਬੀ ਆਈ ਵਾਲੀ ਜਾ ਕੇ ਅੱਡੇ ਲਾ ਲਿਆ ਕੋਈ ਆਸਾ ਨਾ ਹੋਵੇ ਉਹ ਇੱਕ ਮਹੀਨੇ ਜਾ ਰਿਹਾ ਤੇ ਸੀ ਬੀ ਆਈ ਵਾਲੀ ਜਾ ਕੇ ਅੱਡੇ ਲਾ ਲਿਆ ਉੱਥੇ ਉਹਦੇ ਬਾਅਦ ਤੁਰੇ ਕਿਹਾ ਧਰਨਾ ਮਾੜੀ ਮਾਈ ਦੇ ਵਿਚਾਰੇ ਬਜ਼ੁਰਗ ਮਾਈ ਹੈ ਇਹਨਾਂ ਚੀਜ਼ਾਂ ਵੱਲ ਧਿਆਨ ਤੁਹਾਨੂੰ ਦੇਣਾ ਪੈਣਾ ਦਿੱਲੀ ਨਿਵਾਸੀ ਸੰਗਤ ਨੇ ਜੇ ਕੋਈ ਇਹੋ ਜਿਹੀ ਹਰਕਤ ਹੁੰਦੀ ਹੈ ਤਾਂ ਉਸ ਵੇਲੇ ਤੁਹਾਨੂੰ ਸਾਰਿਆਂ ਨੂੰ ਸਾਹ ਪਾਉਣ ਵਾਸਤੇ ਪਰ ਉਹ ਕੋਸ਼ਿਸ਼ ਕਰਨਾ ਚਾਹੀਦਾ ਪੁੱਛਣਾ ਚਾਹੀਦਾ ਕਾਰਨ ਕੀ ਹੈ ਹਾਂ ਜੇ ਤੁਸੀਂ ਕਿਸੇ ਨੇ ਵੇਖਿਆ ਉਹਨੂੰ ਤਾਂ ਗੱਲ ਕਰੋ ਜੇ ਤੁਹਾਨੂੰ ਢਿੰਡਰਾਂ ਵਾਲੀ ਤੇ ਸ਼ੱਕ ਹੈ ਵੀ ਉਹਨੇ ਉਹਦੇ ਘਰੇ ਜਾ ਕੇ ਮਿਲਾਇਆ ਹੋਵੇਗਾ ਮੈਂ ਮਾਰੀ ਤਾਬੇ ਕਰਕੇ ਮਿਲਾੜ ਕੇ ਕਈ ਉਹਨੂੰ ਮੈਨੂੰ ਫੜ ਕੇ ਪੁੱਛਿਓ ਵੀ ਇਹ ਤੁਸੀਂ ਇਹਨੂੰ ਮਿਲਾਇਆ ਕਿ ਨਹੀਂ ਮਿਲਾਇਆ ਮੇਰੇ ਕੋਲ ਹੈਗਾ ਤੂੰ ਮੇਰੇ ਕੋਲ ਲੈ ਲਓ ਮੈਂ ਕਿਹਾ ਕੁਛ ਕੁਛ ਮੇਰੇ ਕੋਲ ਜੋ ਸੀ ਇਹ ਤੂੰ ਗੱਲ ਕਰੀ ਤਾਂ ਮੈਂ ਰਣਜੀਤ ਸਿੰਘ ਸੋਨੀ ਨਾਲ ਤੋਲਾਂਗਾ ਤੇ ਮੈਂ ਅੱਗੇ ਵੀ ਤੁਹਾਨੂੰ ਸੁਣਾ ਕੇ ਅੱਜ ਵੀ ਕਰੂੰਗਾ ਤੋਲਣ ਦੇ ਜ਼ਰੂਰ ਜੇ ਮੈਨੂੰ ਮਿਲ ਜਾਤੇ ਹੋ ਜੋ ਸਮੇਂ ਦਾ ਯਾਦ ਕਰਕੇ ਤੁਹਾਰ ਹਾਲਤ ਤੋਲਣਾ ਤੇ ਸੋਨਾ ਵੀ ਤੁਹਾਨੂੰ ਦੇਣਾ ਪੈਣਾ ਦਿੱਲੀ ਵਾਲਿਆਂ ਨੇ ਮੈਨੂੰ
ਉਹਨੇ ਪੁੱਛਿਆ ਵੀ ਤੂੰ ਸੋਨੇ ਨਾ ਕਿਉਂ, ਮੈਂ ਤੁਹਾਨੂੰ ਅੱਗੇ ਦੱਸ ਚੁੱਕਿਆ ਤੇ ਮੰਗਲਾ ਸਾਹਿਬ ਗੁਰਦੁਆਰੇ ਵਿੱਚ ਆਪਾਂ ਜਗ੍ਹਾ ਕੀਤੀ ਉੱਥੇ ਬੇਨਤੀ ਕਰ ਚੁੱਕੀ ਹੈ। ਉਹ ਤੋਲਣ ਦਾ ਮਤਲਬ ਨਹੀਂ ਕਿ ਕੋਈ ਕਿਸੇ ਬੰਦੇ ਨੂੰ ਮਾਰਿਆ ਕਰਕੇ ਤੋਲਣਾ, ਉਹ ਇਸ ਵਾਸਤੇ ਤੋਲਣਾ ਕਿ ਗੁਰਬਾਚੇ ਨੇ ਨਾ 500 ਰੁਪਇਆ ਆਪਣੇ ਚੇਲੇ ਨੂੰ ਘਰਾਂ ਵਿੱਚ ਭੇਜਿਆ ਤੇ ਜਿਨ੍ਹਾਂ ਨੇ ਸਿੰਘਾਂ ਨੇ ਖੂਨ ਪੀਤਾ ਸਿੰਘ ਭਾਈਆਂ ਦਾ, ਤੇ ਜਿਹੜਾ ਸੋਲਵਾਂ ਗੁਰੂ ਤੇ ਸਿੱਖਾਂ ਨੇ ਆਪਣੀ ਮਾਤਾ ਦੀ ਕੁੱਖ ਨੂੰ ਭਾਗ ਲਾਉਂਦਿਆ ਹੋਇਆ ਆਪਣੇ ਮਾਤਾ ਦੀ ਚੁੰਘਿਆ ਹੋਇਆ ਦੁੱਧ ਸਗਰਾ ਕਰਨ ਵਾਸਤੇ, ਦੇਸ਼ ਕੌਮ ਦੀ ਰੋਗੀ ਅੰਕ ਨੂੰ ਤੇ ਡਿਜੀ ਹੋਈ ਮੁੱਛ ਨੂੰ ਉਚੇਰਿਆ ਕਰਨ ਵਾਸਤੇ ਉਹਦੇ ਗੁਰਬਚਨ ਦੇ ਘਰੇ ਪਹੁੰਚ ਕੇ ਭਾਵ ਤੋਂ ਰੱਖ ਕੇ ਬੋਲਦਾ ਨੇ ਵੱਖਰੀ ਜਿਹੜੀ ਰਾਤ ਨੂੰ ਪ੍ਰਲੋਕ ਨੂੰ ਭੇਜਿਆ ਤੇ ਸਿੱਖਾਂ ਦਾ ਕੋਈ ਕੰਮ ਨੀ ਮਰਦਾ ਨੀ ਸੇਵਾ ਕਰਨੀ ਨੂੰ ਸੈਨਾ ਨਾਲ ਕੁਝ ਨੀ ਮੰਗਦੇ। ਜੇ ਅਖਬਾਰਾਂ ਮੁਤਾਬਕ ਹੁੰਦਾ ਤਾਂ ਜੇ ਗੌਰਮੈਂਟ ਕਹੇ ਕਿ ਉਸੇ ਨੇ ਕੀਤਾ ਤੇ ਮੈਂ ਬੇਨਤੀ ਕਰਾਂਗਾ ਕੱਲੇ ਸੁਣਵਾਲ ਨੀ ਉਹਨਾਂ ਨੂੰ ਕੀਮਤ ਕਰਨੀ, ਜਿੰਨੇ ਆਪਾਂ ਬੈਠੇ ਆਪਣਾ ਸਿਰ ਵੱਧ ਕੇ ਉਹਨਾਂ ਦੇ ਪੈਰਾਂ ਚ ਰੱਖ ਲਈਏ ਤਾਂ ਆਪਾਂ ਜੇ ਨਹੀਂ ਦੇ ਸਕਦੇ। ਮਰੀ ਹੋਈ ਸੀ ਸਵਾਸ ਪਾ ਦਿੱਤੇ ਹੈ ਤੇ ਜਿਹੜੇ ਘਰੇ ਜਾਣ ਕਾਰ ਦੇ ਨੇ ਉਹਨਾਂ ਨੂੰ ਪੁੱਛੋ ਘਰ ਵਾਲਿਆਂ ਨੂੰ ਕਿਹੜੀ ਉਹਨੇ ਸੁਣਵਾਏ ਗਏ ਹੈ, ਜਾਂ ਮੈਂ ਉਹਨਾਂ ਨੂੰ ਕੀ ਦੇ ਕਿਉਂ ਹੈ, ਇੱਕ ਵਿਚਾਰੀ ਗਰਭ ਮਾਤਾ ਹੈ ਉਹਨੂੰ ਜਾ ਕੇ ਮਿਲ ਆਏ ਹੈ, ਪਰ ਇੰਨੇ ਵੇਲੇ ਤੂੰ ਜਾ ਕੇ ਉਦੋਂ ਨਾਲ ਕਹੂੰ। ਤੇ ਜਿਹੜਾ ਲੋਕਾਂ ਨੇ ਗੁਰੂ ਗ੍ਰੰਥ ਸਾਹਿਬ ਦੇ ਸਰੂਪ ਨੂੰ ਅੱਗ ਲਈ ਹੈ, ਸੋਚੀ ਭੱਟੀ ਚੰਦੂ ਨੇ ਹੈ ਤੇ ਡੀ ਆਈ ਜੀ ਮਾਲਕ ਬੰਬੂ ਦੀ ਨਹੀਂ ਹੈ, ਪਟਿਆਲੇ ਵਾਲੀ ਨੇ ਉਹਨਾਂ ਨਾਲ ਤਾਂ ਮੂੰਹ ਨੂੰ ਕਰਦੇ ਉਹਨਾਂ ਨੂੰ ਸਕੀਮਾਂ ਦਾ ਪਹਿਰਾ ਲਾਇਆ ਹੈ ਤੇ ਜਿਹੜੀ ਇੱਕ ਵਿਚਾਰੀ ਗਰੀਬਾਂ ਨੇ ਟੁੱਟੇ ਘਟਨੇ ਚ ਗੁਜ਼ਾਰਾ ਕਰਨੀ ਹੈ ਉਹਦੇ ਅੱਗੇ ਪਹਿਰੇ ਲਾ ਦਿੱਤਾ ਸੈਂਟਰ ਨੂੰ। ਪਹਿਲਾਂ ਉਹਨੂੰ ਪੁੱਛੋ ਜੇ ਤੁਹਾਨੂੰ ਜਨਾਨੀਆਂ ਤੋਂ ਡਰ ਰਹੀਆਂ ਤਾਂ ਜਨਾਨੀਆਂ ਤੋਂ ਪਹਿਰੇ ਲਾਉਣੇ, ਮਰਦਾਂ ਨੂੰ ਤੁਸੀਂ ਕੀ ਡਰਦੇ ਹੋਏ, ਇੰਨੀ ਕੁ ਤਾਕਤ ਹੈ। ਸੋ ਖਾਲਸਾ ਦੀ ਸਿੱਖੀ ਨਾਲ ਇੱਕ ਪਾਸੇ ਧਿਆਨ ਦਿਓ, ਸੋ ਇਹ ਲਕੀਰ ਦੇ ਔਰੰਗਜ਼ੇਬ ਨੇ ਵੀ ਕਰੇ ਵੀ ਕਰਨੀ ਮਜ਼ਬੂਤ ਸੀ ਲਕੀਰ ਚ ਰਹਿਣਾ ਹੈ,